बिस्मिल्लाहिर्रहमानिर्रहीम, अस्सलामुअलैकुम दोस्तों। दोस्तों मुझे वैसे पता तो नहीं है इस चीज़ को क्या बोलते हैं, ये पता नहीं क्या बला है, क्या क्या चीज़ है। तो ये मेरे ख्याल में पाकिस्तानी भाई हैं जो इसको चलाते हैं, तो इनसे थोड़ा इंटरव्यू लेंगे कि इससे कितना कमा रहे हैं, ये कितना मुश्किल काम है या जो भी है। चलिए बात करने की कोशिश करते हैं, अगर आप वो बात करना चाहेंगे तो इनसे बात करते हैं। तो चलिए दोस्तों शुरू करते हैं, ये देख सकते हैं। अस्सलाम वालेकुम चाचू जी। वालेकुम सलाम, क्या हाल चाल है चाचू? अल्हम्दुलिल्लाह। और सेहत तबीयत ठीक है तुम्हारी? बिल्कुल, और खैरियत है? अल्लाह पाक दे। ते ए जड़ा तुसी ये चला रहे हैं, इनु की कहंदे आ? इनु ग्रेडर मशीन कहिदा अपना। ग्रेडर मशीन कहने आ? ते माशाल्लाह तुसी पहले तो अपना नाम दसो भी। मैं तो तुहानू मैं जान गया, मेरी तुहाडे नाल पहले मुलाकात हो चुकी है, ते इस करके मैनू तो पता। मेरे ऑडियंस नू दस दियो कि तुहाडा नाम की आ। मोहम्मद शहजाद नाम है मेरा, सियालकोट दा रहण वाला वा, कन्नन सियान पिंड है मेरा। अच्छा, ਇੱਥੇ ਸਾਊਦੀ ਅਰਬ ਅਲ ਮਰਾਦ ਮੈਂ ਕੰਮ ਕਰਨਾ ਵਾ। ਮਰਾਦ ਦੇ ਵਿੱਚ ਤੁਸੀਂ ਕੰਮ ਕਰਦੇ ਆ ਕੰਪਨੀ ਦੇ ਵਿੱਚ? ਹਾਂਜੀ ਕੰਪਨੀ। ਤੇ ਇਹਨੂੰ ਗ੍ਰੇਡਰ ਮਸ਼ੀਨ ਕਹਿੰਦੇ ਆ? ਜੀ ਜੀ ਬਿਲਕੁਲ। ਤੇ ਤੁਸੀਂ ਕਿੰਨੇ ਸਾਲ ਤੋਂ ਇੱਥੇ ਸਾਊਦੀ ਅਰਬ 'ਚ ਰਹਿ ਰਹੇ ਹੋ? ਮੈਨੂੰ 15 ਸਾਲ ਹੋ ਗਏ ਜੀ। 15 ਸਾਲ ਹੋ ਗਏ ਯਾਰ, ਅੱਧੀ ਜ਼ਿੰਦਗੀ ਦਾ ਹਿੱਸਾ ਵਾ। ਬਿਲਕੁਲ, ਹੈਂ ਯਾਨੀ ਜਵਾਨੀ ਇੱਥੇ ਗੁਜ਼ਾਰੀ ਹੈ? ਬਿਲਕੁਲ ਜਵਾਨੀ। ਤੇ ਕਿੰਨੇ ਮਾਸ਼ਾਅੱਲਾ ਸ਼ਾਦੀ ਵਿਆਹ ਹੋਇਆ ਤੁਹਾਡਾ? ਹਾਂ ਸ਼ਾਦੀ, ਇੱਕ ਬੱਚਾ ਹੈ ਮੇਰਾ। ਅੱਛਾ, 6-7 ਸਾਲ ਦਾ ਬੱਚਾ ਹੈ। ਸਹੀ ਸਹੀ। ਤੇ ਅੱਗੇ ਤੁਸੀਂ ਤੁਹਾਡੀ ਕੀ ਸੋਚ ਆ ਕਿ ਤੁਹਾਡਾ ਬੱਚਾ ਅਗਰ ਜਵਾਨ ਹੋਵੇ ਤੇ ਉਹਨੂੰ ਸਾਊਦੀ ਅਰਬ ਲਿਆਉਂਗੇ ਜਾਂ ਪੜਾਉਂਗੇ ਉਹਨੂੰ? ਤਲੀਮ ਨਹੀਂ, ਇਨਸ਼ਾਅੱਲਾ ਉਹਨੂੰ ਤਲੀਮ ਦਵਾਂਗੇ ਔਰ ਪਾਕਿਸਤਾਨ ਹੀ ਰੱਖਾਂਗੇ ਉਹਨੂੰ। ਯਾਨੀ ਤੁਹਾਡੀ ਕੋਸ਼ਿਸ਼ ਇਹ ਆ ਕਿ ਉੱਥੇ ਕਾਮਯਾਬ ਹੋਵੇ, ਯਾਨੀ ਇੱਥੇ ਸਾਡੇ ਤਰ੍ਹਾਂ ਜ਼ਲੀਲ ਨਾ ਹੋਣਾ ਪਵੇ, ਪ੍ਰਦੇਸ਼ 'ਚ ਨਹੀਂ ਆਉਣਾ ਚਾਹੀਦਾ। ਜੀ ਜੀ। ਤੇ 15 ਸਾਲ ਚਾਚੂ ਜੀ ਤੁਹਾਨੂੰ ਹੋ ਗਿਆ ਇੱਥੇ, ਤੇ ਤੁਹਾਡੀ ਹੁਣ ਇਸ ਟਾਈਮ ਕੀ ਸੈਲਰੀ ਹੈ ਇਸ 'ਤੇ? ਮੇਰੀ 4000 ਸੈਲਰੀ ਬੇਸਿਕ, ਓਵਰ ਟਾਈਮ ਪਾ ਕੇ 6000 ਨਿਕਲ ਆਉਂਦੀ। ਤੇ ਜਦੋਂ ਤੁਸੀਂ ਨਵੇਂ ਆਏ ਸੀ, ਤੁਹਾਨੂੰ ਇਹ ਪਹਿਲੇ ਵੀ ਚਲਾਉਣੀ ਆਉਂਦੀ ਸੀ ਮਸ਼ੀਨ ਜਾਂ ਤੁਸੀਂ ਆਏ ਤਾਂ ਫਿਰ? ਦੇਖੋ ਮੈਂ ਪਾਕਿਸਤਾਨ ਇਸਲਾਮਾਬਾਦ 6 ਮਹੀਨੇ ਕੰਮ ਕੀਤਾ ਸੀ, ਇਹਦੇ 'ਤੇ ਸਿੱਖਿਆ ਸੀ, ਬਾਕੀ ਬਕਾਇਆ ਟ੍ਰੇਨਿੰਗ ਸਾਰੀ ਇੱਥੇ ਕੀਤੀ ਆ। ਅੱਛਾ ਅੱਛਾ। ਜਦੋਂ ਤੁਸੀਂ ਜਦੋਂ ਪਹਿਲੇ ਆਏ ਸੀ ਤੁਹਾਨੂੰ ਕਿੰਨੀ ਤਨਖਾਹ ਮਿਲੀ ਸੀ ਇਹਦੀ? ਮੈਨੂੰ ਉਦੋਂ 2000 ਤਨਖਾਹ ਹਜੇ। ਅੱਛਾ। ਹਾਂਜੀ, ਜਦੋਂ ਬੇਸਿਕ ਇੱਥੇ ਆਇਆ। ਸਹੀ। ਰਾਸਤਾ ਆਸਤਾ ਕੰਮ ਕੀਤਾ, ਸਿੱਖਿਆ ਸਭ ਕੁਝ, ਹੁਣ 4000 ਹੋ ਗਏ। ਤੇ ਡਿਊਟੀ ਕਿੰਨੇ ਘੰਟੇ ਕਰਦੇ ਹੋ ਤੁਸੀਂ? ਡਿਊਟੀ ਸਵੇਰ 6 ਤੋਂ ਲੈ ਕੇ ਸ਼ਾਮੀ 4 ਵਜੇ ਤੱਕ। ਤੇ ਦਰਜਾ ਹਰਾਰਤ ਵੀ ਇੱਥੇ ਬਹੁਤ ਜ਼ਿਆਦਾ ਹੋ ਜਾਂਦਾ, ਕਦੀ ਕਿਤੇ 55 ਤੱਕ ਪਹੁੰਚ ਜਾਂਦਾ, 50 52 53 ਗਰਮੀ। ਤੇ ਇਹਦੇ ਵਿੱਚ ਏਸੀ ਸਿਸਟਮ ਲੱਗਿਆ ਹੋਇਆ? ਹਾਂਜੀ, ਇਹਦੇ ਵਿੱਚ ਲੱਗਿਆ ਏਸੀ ਹੈ ਯਾਨੀ, ਲੇਕਿਨ ਇਹਦੇ ਵਿੱਚ ਹੈ। ਅਗਰ ਇਹ ਬੰਦਾ ਚਲਾਉਣਾ ਚਾਹੇ ਤੇ ਇੱਥੇ ਆ ਕੇ ਸਿੱਖ ਸਕਦਾ ਇਹਨੂੰ? ਬਿਲਕੁਲ ਜ਼ਰੂਰ, ਕਿਉਂ? ਕਿੰਨੀ ਕੁ ਦੇਰ 'ਚ ਸਿੱਖ ਜਾਊਗਾ ਇਹ? ਜੀ ਵੇਖੋ ਆਪਣੇ ਜ਼ਿਹਨ ਦੇ ਮੁਤਾਬਕ ਇਨਸ਼ਾਅੱਲਾ 3-4 ਮਹੀਨੇ ਲੱਗ ਹੀ ਜਾਣਾ। ਤੇ ਪਾਕਿਸਤਾਨੀ ਆਵਾਮ ਨੂੰ ਕੋਈ ਤੁਸੀਂ ਪੈਗਾਮ ਦੇਣਾ ਚਾਹੋਗੇ? ਵੇਖੋ ਜੀ, ਪਾਕਿਸਤਾਨ ਦੇ ਵਿੱਚ ਅਗਰ ਕੰਮ ਕੀਤਾ ਜਾਏ ਤਾਂ ਉਹ ਹੀ ਬਿਹਤਰ ਹੁੰਦਾ, ਪਰਦੇਸ਼ ਨਾ ਹੀ ਆਓ। ਤੇ ਮੇਰੇ ਖਿਆਲ ਤੁਸੀਂ ਵੀ ਵੀਜ਼ਾ ਮੋਲੀ ਲੈ ਕੇ ਆਏ ਸੀ? ਬਿਲਕੁਲ, ਜ਼ਾਰੀ ਗੱਲ ਹੈ। ਕਿੰਨੇ ਦਾ ਵੀਜ਼ਾ ਤੁਹਾਨੂੰ ਮਿਲਿਆ ਸੀਗਾ? ਉਸ ਵਕਤ 'ਚ ਮੈਨੂੰ 1,30,000 ਦਾ ਮਿਲਿਆ। ਉਸ ਵਕਤ ਦਾ 1,00,000 ਤੇ ਇਸ ਟਾਈਮ ਦਾ ਮੇਰੇ ਖਿਆਲ 10,00,000 ਇੱਕ ਬਰਾਬਰ ਹੋਣਾ। ਜੀ ਜੀ ਬਿਲਕੁਲ। ਤੇ ਜੇ ਅਗਰ ਜਿਹੜਾ ਬੰਦਾ ਸਮਝ ਲਓ ਕਿ 10,00,000 ਜਿਹਦੇ ਕੋਲ ਹੈ ਉਹ ਪਾਕਿਸਤਾਨੀ ਕਾਰੋਬਾਰ ਕਰੇ, ਬਿਲਕੁਲ, ਤੇ ਆਪਣੇ ਮੁਲਕ ਦਾ ਸਰਮਾਇਆ ਜਿਹੜਾ ਉਹ ਮਜ਼ਬੂਤ ਕਰੇ, ਬਿਲਕੁਲ, ਤੇ ਇੱਥੇ ਆ ਕੇ ਜ਼ਿੰਦਗੀ ਕਿੱਦਾਂ ਦੀ ਬਸਰ ਹੋ ਰਹੀ, ਟਾਈਮ ਕਿੱਦਾਂ ਪਾਸ ਹੋ ਰਿਹਾ? ਬਸ ਜ਼ਿੰਦਗੀ ਤੇ ਆਪਣੇ ਨਾਲ ਹੀ ਹੁੰਦੀ ਹੈ, ਘਰ ਦੇ ਨਾਲ, ਮਾਂ ਪਿਓ ਨਾਲ, ਭੈਣ ਭਾਈਆਂ ਨਾਲ, ਬੀਵੀ ਬੱਚਿਆਂ ਨਾਲ। ਇਹ ਤਾਂ ਗੱਲ ਹੈ ਜੀ, ਬਿਲਕੁਲ, ਪਰਦੇਸ ਤਾਂ ਫਿਰ ਪਰਦੇਸ ਆ। ਬਸ ਇਹ ਵੀ ਕਿ ਅਸੀਂ ਇੱਕ ਬੰਦਾ ਇੱਥੇ ਪਰੇਸ਼ਾਨ ਆ, ਬਾਕੀ ਘਰ ਦੇ ਸਕੂਨ 'ਚ ਨੇ, ਇਹ ਸਾਨੂੰ ਖੁਸ਼ੀ ਹੈ। ਤੇ ਯਾਨੀ ਹੋਰ ਵੀ ਕੋਈ ਘਰ 'ਚੋਂ ਇੱਕ ਬੰਦਾ ਹੋਣਾ ਚਾਹੇ ਵੀ ਮੈਂ ਇਕੱਲਾ ਚੱਲ ਜਾਂ ਤੇ ਮੈਂ ਇਕੱਲਾ ਯਾਨੀ ਉੱਥੇ ਜ਼ਲੀਲ ਹੋ ਲਾਂ ਤੇ ਬਾਕੀ ਪਿਛਲੇ ਖੁਸ਼ ਹੋ ਲੈਣ, ਤੇ ਕੀ ਤੁਹਾਡਾ ਕੀ ਜ਼ਿਹਨ ਆ ਵੀ ਆ ਜਾਵੇ? ਵੇਖੋ ਜੀ, ਆਪਣੇ ਘਰ ਦਿਆਂ ਵਾਸਤੇ ਕੁਰਬਾਨੀ ਤਾਂ ਦੇਣੀ ਪੈਂਦੀ ਹੈ ਇੱਕ ਨਾ ਇੱਕ ਨੂੰ। ਸਹੀ ਗੱਲ ਆ, ਬਿਲਕੁਲ। ਤੇ ਬੰਦਾ ਮੁਸ਼ਕਲ ਹੈ, ਬਾਕੀ ਬੰਦਿਆਂ ਦੀ ਸਹੂਲਤ ਵਾਸਤੇ ਹੋਣਾ ਚਾਹੀਦਾ। ਬਾਕੀ ਯਾਨੀ ਕੋਈ ਦੂਸਰਾ, ਹੁਣ ਮਹਿੰਗਾਈ ਜ਼ਿਆਦਾ ਹੋਈ ਆ, ਤੁਹਾਡੇ ਤੇ ਵੀ ਕੋਈ ਅਸਰ ਪਿਆ ਮਹਿੰਗਾਈ ਦਾ? ਜ਼ਾਰੀ ਗੱਲ ਹੈ। ਅੱਛਾ, ਮਹਿੰਗਾਈ ਦਾ ਅਸਰ ਪਿਆ, ਲੇਕਿਨ ਅਲਹਮਦੁਲਿਲਾ ਠੀਕ ਨਿਜ਼ਾਮ ਚੱਲਦਾ। ਮੈਂ ਕਹਿੰਦਾ ਯਾਰ, ਸਾਊਦੀ ਵਾਲਿਆਂ ਤੇ ਨਹੀਂ ਪਿਆ ਆਪਣਾ, ਅਗਰ 30 ਬਣਦਾ ਸੀ ਤੇ 40 ਹੋ ਗਿਆ, ਆਟਾ ਕਿੰਨਾ 5-10 ਰੁਪਏ ਅਗਰ ਮਹਿੰਗਾ ਹੋ ਗਿਆ, ਤੇ ਯਾਨੀ ਆਪਾਂ ਨੂੰ ਪਰਦੇਸ ਵਾਲਿਆਂ ਨੂੰ ਮੁਸ਼ਕਲ ਨਹੀਂ ਹੋਈ? ਇਹ ਤੁਹਾਡੀ ਗੱਲ ਬਿਲਕੁਲ ਬਜਾ ਹੈ, ਅੱਛੀ ਗੱਲ ਹੈ। ਆਪਣਾ ਪਰਦੇਸ ਰਹਿਣ ਦੇ ਉਹਨਾਂ ਨੂੰ ਇਤਨਾ ਫਰਕ ਨਹੀਂ, ਜਿਹੜਾ ਉੱਥੇ ਰਹਿਣ ਨੂੰ ਜ਼ਿਆਦਾ ਫਰਕ। ਤੇ ਆਪਾਂ ਨੂੰ ਮੇਰਾ ਖਿਆਲ ਆ ਥੋੜਾ ਜਿਹਾ 2-4 ਹਜ਼ਾਰ ਦਾ ਫਾਇਦਾ ਹੋਇਆ ਹੋਣਾ ਆਪਾਂ ਨੂੰ, ਘਾਟਾ ਨਹੀਂ ਹੋਇਆ। ਤੇ ਜਿਹੜੀ ਆਵਾਮ ਉੱਥੇ ਜਿਹੜਾ 500 ਜਾਂ 700 ਰੁਪਏ ਦਿਹਾੜੀ ਕਮਾਉਂਦਾ, ਜੀ ਜੀ, ਉਸ ਬੰਦੇ ਦਾ ਗੁਜ਼ਾਰਾ ਜਿਹੜਾ ਮੁਸ਼ਕਲ ਹੋ ਗਿਆ। ਮੁਸ਼ਕਲ ਹੋ ਗਿਆ, ਇਵੇਂ ਹੀ ਆ ਨਾ ਜੀ। ਬਿਲਕੁਲ ਜੀ, ਬਿਲਕੁਲ। ਤੇ ਇਹ ਜੀ ਅਸੀਂ ਚੈਨਲ, ਮੈਂ ਚਾਚੂ ਜੀ ਬਹੁਤ ਯਾਨੀ ਆਵਾਮ ਨਾਲ ਮੇਰੀ ਗੁਫ਼ਤਗੂ ਹੁੰਦੀ ਆ, ਬਹੁਤ ਜਗ੍ਹਾ ਤੇ ਮੈਂ ਯਾਨੀ ਮਿਲਦਾ ਆਵਾਮ ਨੂੰ, ਬੜੇ ਬੜੇ ਬੰਦੇ ਮੈਨੂੰ ਟੱਕਰਦੇ ਆ, ਤੇ ਮੈਂ ਸੋਚਿਆ ਕਿਉਂ ਨਾ ਇੱਕ ਯੂਟਿਊਬ ਚੈਨਲ ਬਣਾਇਆ ਜਾਵੇ। ਬੜੀ ਗੱਲ ਜੀ, ਉਹ ਜਿਹੜਾ ਨਾ ਸਾਰੀ ਆਵਾਮ ਨੂੰ ਜਿਹੜਾ ਵੀ ਆਪਾਂ ਇੰਟਰਟੇਨ ਕਰੀਏ ਉੱਥੇ ਬੈਠੀ ਨੂੰ, ਕਿ ਜਿਹੜੇ ਨਵੇਂ ਨਵੇਂ ਖੂਨ ਆ ਇਸ ਟਾਈਮ ਕਹਿ ਰਿਹਾ ਵੀ ਅਸੀਂ ਬਾਹਰ ਚੱਲੀਏ ਤੇ ਇੱਦਾਂ ਕਰ ਦਈਏ, ਇੱਦਾਂ, ਜਿਹੜਾ ਸਾਡੇ ਮੁਲਕ ਦਾ ਸਰਮਾਇਆ ਉਹ ਕਿਸੇ ਨੂੰ ਆ ਕੇ ਕਾਮਯਾਬ ਕਰਨ ਜਾ ਰਹੇ, ਅੱਛੀ ਗੱਲ ਨਹੀਂ ਹੈ। ਜੀ ਜੀ ਬਿਲਕੁਲ। ਤੇ ਪਹਿਲੀ ਤਾਂ ਗੱਲ ਇਹ ਆ ਕਿ ਕਿਸੇ ਨੂੰ ਸਕੂਲ ਨਹੀਂ ਛੱਡਣਾ ਚਾਹੀਦਾ, ਹੁਣ ਅਸੀਂ ਤਾਂ ਸਕੂਲ ਛੱਡ ਕੇ ਤੇ ਇੱਥੇ ਆ ਕੇ ਜ਼ਲੀਲ ਹੋ ਰਹੇ ਹਾਂ।
ਪਰ ਲੋਕ ਨਹੀਂ ਮੰਨਦੇ ਕੀ ਖਿਆਲ ਆ? ਹਾਂਜੀ ਬਿਲਕੁਲ, ਅਸੀਂ ਵੀ ਇਸੇ ਤਰ੍ਹਾਂ ਹੀ ਹਾਂ, ਦਿਲ ਨਹੀਂ ਕਰਦਾ ਸਕੂਲ ਜਾਣ ਤੇ, ਛੱਡ ਦਿੱਤਾ ਸੀ, ਲੇਕਿਨ ਅੱਜ ਧੱਕੇ ਖਾਣ ਡੇ ਹਾਂ। ਸਕੂਲ ਜਾਓ, ਆਪਣੀ ਪੜ੍ਹਾਈ ਅੱਛੀ ਕਰੋ, ਉੱਥੇ ਕੋਈ ਆਪਣਾ ਕਾਰੋਬਾਰ ਕਰ ਲਓ, ਸਭ ਤੋਂ ਅੱਛਾ ਹੈ। ਸਹੀ ਆ, ਤੇ ਚਲੋ ਠੀਕ ਆ ਚਾਚੂ ਜੀ, ਹੋਰ ਕੋਈ ਸਾਡੇ ਲਈ ਖਿਦਮਤ ਹੋਵੇ ਤੇ ਅੱਲਾ ਖੈਰ ਕਰੇ, ਬੜੀ ਮਿਹਰਬਾਨੀ। ਤੇ ਸਾਡੇ ਚੈਨਲ ਨੂੰ ਇੱਕ ਵਾਰੀ ਲੋਕਾਂ ਨੂੰ ਕਹਿ ਦਿਓ ਸਬਸਕ੍ਰਾਈਬ ਕਰ ਦਿਓ। ਹਾਂ ਬਿਲਕੁਲ, ਆਪਣੇ ਮੇਰੇ ਪਿਆਰੇ ਭਾਈ ਜਾਨ, ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਦੇਖਣਾ ਚੈਨਲ, ਇਨਸ਼ਾਅੱਲਾ ਅੱਛਾ। ਸ਼ੁਕਰੀਆ ਜੀ, ਓਕੇ। ਤੋ ਦੋਸਤੋ, ਅੱਜ ਆਪਣੇ ਦੇਖਾ ਕਿ ਗ੍ਰੇਡਰ ਮਸ਼ੀਨ ਜੋ ਆਦਮੀ ਚਲਾਤਾ ਹੈ ਇੱਧਰ, ਯਾਨੀ ਕਾਰੀਗਰ ਆਦਮੀ ਹੈ, ਉਹ ਤਕਰੀਬਨ 4000 ਤੱਕ ਕਮਾਤਾ ਹੈ, ਉਹ ਨਯਾ ਨਹੀਂ ਯਾਨੀ ਪੁਰਾਣਾ ਆਦਮੀ, ਉਹ 15 ਸਾਲ ਸੇ ਇੱਧਰ ਹੈ, ਉਹ ਜਬ ਨਯਾ ਆਏ ਥੇ ਉਨਕੀ 2000 ਸੈਲਰੀ ਥੀ, ਤੋ ਅਭੀ 4000 ਹੈ, ਯਾਨੀ ਓਵਰ ਟਾਈਮ ਲਗਾ ਕਰ 6000 ਤੱਕ ਅਗਰ ਪਹੁੰਚਦੇ ਹਾਂ, ਤੋ ਕੰਮ ਵੀ ਦੋਸਤੋ ਬਹੁਤ ਸਖਤ ਹੈ, ਸਾਰਾ ਦਿਨ ਧੁੱਪ ਮੇਂ ਕੰਮ ਕਰਨਾ ਬੜੀ ਮਿਹਨਤ ਮੁਸ਼ਕਤ ਹੈ। ਤੋ ਇਸਮੇ ਦੋਸਤੋ ਆਪ ਯੇ ਨਹੀਂ ਦੇਖੇ 6000 ਹੈ, ਆਪ ਯੇ ਦੇਖੇ ਕਿ ਘਰ ਸੇ ਦੂਰ ਰਹਿਣਾ ਔਰ ਡਿਊਟੀ ਇਤਨੀ ਸਖਤ ਹੈ, ਸਾਰਾ ਦਿਨ ਰੋਡੋਂ ਪੇ ਹੀ ਗੁਜ਼ਰ ਜਾਤਾ ਹੈ। ਤੋ ਦੋਸਤੋ ਸਲਾਮ ਹੈ ਮੇਰੇ ਪਾਕਿਸਤਾਨੀਓ ਕੋ ਜੋ ਇਤਨੀ ਮਿਹਨਤ ਕਰਤੇ ਹੈ ਹਮਾਰੇ ਪਾਕਿਸਤਾਨ ਕਾ ਸਰਮਾਇਆ ਮਜ਼ਬੂਤ ਕਰਨੇ ਕੇ ਲੀਏ। ਤੋ ਦੋਸਤੋ ਆਪਕੋ ਅਗਰ ਵੀਡੀਓ ਪਸੰਦ ਆਏ ਤੋ ਸ਼ੇਅਰ ਕੀਜੀਏ, ਲਾਈਕ ਕੀਜੀਏ, ਕਮੈਂਟ ਕੀਜੀਏ, ਆਪਣੀ ਰਾਏ ਕਾ ਇਜ਼ਹਾਰ ਜ਼ਰੂਰ ਕੀਜੀਏ ਕਿ ਕਿਸ ਤਰ੍ਹਾਂ ਕਾ ਹਮ ਇੰਟਰਵਿਊ ਲੈ ਕੇ ਆਏ, ਕਿਸ ਤਰ੍ਹਾਂ ਕੀ ਹਮ ਵੀਡੀਓ ਲੈ ਕੇ ਆਏ। ਤੋ ਦੋਸਤੋ ਆਜ ਤੱਕ ਕੇ ਲੀਏ ਇਤਨਾ ਹੀ, ਆਪਣੇ ਬਾਈ ਕੋ ਦੀਜੀਏ ਇਜਾਜ਼ਤ, ਕੱਲ ਇੱਕ ਨਈ ਵੀਡੀਓ ਕੇ ਸਾਥ ਹਾਜ਼ਰ ਹੋਊਂਗਾ, ਬਹੁਤ ਸਾਰੀ ਦੁਆਓਂ ਕੇ ਸਾਥ। ਵਸਲਾਮ।